मेरा नाम नवल सिंह है। मैं US कैलीफोर्निया तो आया हाँ। मैं 2 इम्प्लांट ते 4 दंद लवाए। फ्रंट दे फ्लोर दे 4 दंद मिसिंग सी, वो लवाए। मैनू बहुत डर सीगा ते भी इदां पहला पता नहीं सीगा भी हो जूगा, बहुत मैनू फिकर सीगा। पर मैनू भाजी हुणी कहा सीगा भी हो जूगा जल्दी, 5 दिन 4 दिन च हो जूगा। पर वाकई अज मैनू ए रेडी कर दिता, बहुत वधिया काम कीता है। सर्जरी इम्प्लांट लाया, कोई पेन नहीं हुई, कोई चिंता नहीं, कुछ नहीं, बहुत वधिया नहीं की। अज दंद लाया गया, मैनू कोई पेन नहीं हुई, कोई चिंता नहीं, कोई नहीं डर, कोई डर नहीं लगा, बहुत वधिया काम किया भाजी। वधिया लगा अज मैं सारे देख के, तो मेरी फैमिली भी नाल आई है, उन्हें भी देखा भाई बहुत वधिया है, गुड है, बहुत वधिया फील हो गया। मेरे ब्रदर इन लॉ पहला आए थे सन 12-13 के, वो पहला काम करा गया से, 10-12 साल होया काम में, एन बहुत वधिया ठीक ठाक है। मैं भी ता ही इतने ही आया, मैंने कई बार दसिया बहुत वधिया है। मेरे ब्रदर इन लॉ के भी उन्होंने भी 2 दिन के इन्होंने इम्प्लांट दंद ला दिते जी 4, तो अजे भी बहुत वधिया आया। तो उन्होंने मैं दसिया जी तो दसते बहुत वधिया आया, तो फिर मैं इतने आके मैं भी लवाए। सारे टॉप ऑप्शन जी सी मैं वो यूज की है जो डॉक्टर ने दसी थी। ठीक लग रहा भाजी? हाँ जी हाँ जी। 2 इम्प्लांट थोड़े लोअर दे फ्रंट दे ला के उहदे परमानेंट टीथ फिक्स करते हैं जी, असी 4 दंद लगाते हैं है ना जी। हाँ जी। कोई प्रॉब्लम नहीं, कोई पेन, कोई इन्फेक्शन, कोई स्वेलिंग, कुछ नहीं, कोई पेन नहीं, कोई चिंता नहीं, कोई फिक्र नहीं, बहुत बढ़िया। पहली अपॉइंटमेंट चाहे सी उदन असी तुहाडे इम्प्लांट प्लेस कीते सी, सेकंड अपॉइंटमेंट तुहाडा असी डिजिटल स्कैन कीता जी, उस तो बाद थर्ड अपॉइंटमेंट अज असी तुहाडे परमानेंट टीथ फिक्स करते। सिर्फ 3 अपॉइंटमेंट, तो परमानेंट दोबारा आने की जरूरत नहीं हैगी, कदे भी परमानेंट हैगा। जिदा तुहाडे ब्रदर इन लॉ का किया भाजी का, असी ऑलमोस्ट 10 ईयरस हो गए, ਉਹਨਾਂ ਦਾ ਵੀ ਸੇਮ ਹੀ ਸੀਗਾ ਜੀ, ਲੋਅਰ ਦੇ 2 ਇੰਪਲਾਂਟ ਲਾ ਕੇ 4 ਦੰਦ ਲਾਏ ਸੀ, ਉਹਨਾਂ ਨੇ ਰੈਫਰ ਕੀਤਾ ਨਾ। ਹਾਂਜੀ ਉਹਨਾਂ ਨੇ ਕੀਤਾ। ਠੀਕ ਲੱਗ ਰਿਹਾ ਸਾਰਾ ਕੁਝ? ਬਹੁਤ ਵਧੀਆ, ਉਹਨਾਂ ਨੇ ਕਈ ਵਾਰੀ ਮੈਨੂੰ ਗੱਲ ਕਰ ਦਿੰਦੇ ਜੀ, ਤਾਂ ਹੀ ਫਿਰ ਮੈਂ ਇੱਥੇ ਆਇਆ। ਭਾਜੀ ਤੁਹਾਡੇ ਸਟਰੋਮਨ BLX ਦੇ ਇੰਪਲਾਂਟ ਲਾਏ ਨੇ, ਜਿਹੜਾ ਵਰਲਡ ਦਾ ਇਸ ਵੇਲੇ ਬੈਸਟ ਇੰਪਲਾਂਟ ਹੈਗਾ ਜੀ, ਤਾਂ ਤੁਹਾਨੂੰ ਰਿਜ਼ਲਟ ਵੀ ਪਤਾ ਲੱਗਦੇ ਆ ਵੀ ਕੋਈ ਪੇਨ ਨਹੀਂ ਹੋਈ, ਕੁਛ ਨਹੀਂ ਹੋਇਆ, ਸਾਰਾ ਕੁਝ ਬੈਸਟ ਆ। ਹਾਂ ਬੈਸਟ, ਕੋਈ ਪੇਨ ਨਹੀਂ, ਕੋਈ ਚਿੰਤਾ ਨਹੀਂ, ਬਹੁਤ ਵਧੀਆ। ਆ ਜਾਓ ਭਾਜੀ ਹੁਣ ਤੁਹਾਡਾ ਵੀ, ਤੁਸੀਂ ਸੈਂਟਰ ਚ ਆ ਜਾਓ ਜੇ ਆਉਣਾ ਆ। ਹਾਂ ਤੁਸੀਂ ਤਾਂ ਮੇਨ ਅਟਰੈਕਸ਼ਨ ਹੋ। ਵਾਈਸ ਵੀ ਥੱਲੇ ਆਣੇ ਤੁਹਾਨੂੰ ਬਿਲਕੁਲ ਫਿੱਟ। 2 ਇੰਪਲਾਂਟ ਲਾ ਕੇ 4 ਦਿਨ ਤੁਹਾਡੇ ਵੀ? ਹਾਂਜੀ। ਆਲਮੋਸਟ 10-12 ਸਾਲ ਹੋ ਗਏ ਜੀ? ਹੋ ਗਏ ਹੁਣ ਮੇਰੇ। 10 ਸਾਲ ਪਹਿਲਾਂ ਮੈਂ ਥੱਲੇ ਆਣੇ ਲਵਾਇਆ ਸੀ ਤੁਹਾਨੂੰ, ਤੇ ਬਿਲਕੁਲ ਸਹੀ ਹੈ, ਠੀਕ ਠਾਕ ਹੈ। ਤੇ 4 ਸਾਲ ਪਹਿਲਾਂ ਮੈਂ ਇੱਕ ਹੋਰ ਇੰਪਲਾਂਟ ਕਰਾਇਆ ਸੀਗਾ, ਉਹ ਵੀ ਬਿਲਕੁਲ ਸਹੀ ਹੈ, ਠੀਕ ਠਾਕ ਹੈ। ਤੇ ਹੁਣ ਮੈਂ ਇਹਨਾਂ ਭਾਈ ਸਾਹਿਬ ਨੂੰ ਲੈ ਕੇ ਆਇਆ ਇਹਨਾਂ ਕੋਲ ਡਾਕਟਰ ਕੋਲ, ਤੇ ਠੀਕ ਚੱਲ ਰਿਹਾ ਪਰ ਕੋਈ ਪੇਨ ਨਹੀਂ। ਤੁਹਾਡਾ ਇਮੀਡੀਏਟ ਸੀ ਭਾਜੀ? ਲੋਅਰ ਦੇ ਤੁਹਾਡੇ ਸੀ, ਥੋੜੇ ਦਿਨਾਂ 'ਚ ਕਰਤੇ ਸੀ? ਹਾਂਜੀ 2 ਦਿਨ 'ਚ। 2 ਦਿਨ 'ਚ ਕਰਤੇ ਸੀ ਇੰਪਲਾਂਟ ਲਾ ਕੇ ਦੰਦ? ਹਾਂਜੀ। ਹਜੇ ਤੱਕ ਕੋਈ ਪ੍ਰੋਬਲਮ ਨਹੀਂ? ਨਹੀਂ ਜੀ ਕੋਈ ਪ੍ਰੋਬਲਮ। ਜਿਹੜਾ ਆਪਾਂ ਇੱਕ ਹੋਰ ਇੰਪਲਾਂਟ ਸਿੰਗਲ ਲਾਇਆ ਉਹ ਵੀ ਸਹੀ ਹੈ ਜੀ? ਉਹ ਵੀ ਸਹੀ ਬਿਲਕੁਲ। ਤਾਂਹੀਓ ਤੁਸੀਂ ਭਾਜੀ ਨੂੰ ਲਿਆਏ ਹੋ? ਹਾਂ ਬਿਲਕੁਲ ਜੀ ਬਿਲਕੁਲ। ਕੈਲੀਫੋਰਨੀਆ ਰਹਿੰਦੇ ਆ ਫਿਰ ਸਟੋਕਟਨ, ਇਕੱਠੇ ਹੀ ਜਦੋਂ ਨੇੜੇ ਕਰਦੇ ਤਾਂ ਜੋ ਮਰਜ਼ੀ ਖਾਓ ਪੀਓ ਪਰ ਕੋਈ ਪ੍ਰੋਬਲਮ ਨਹੀਂ। ਮਤਲਬ ਤੋਂ ਪਹਿਲਾਂ ਬਾਈਟ ਨਹੀਂ ਸੀ ਹੁੰਦੀ? ਜੇ ਭਾਈ ਥੱਲੇ ਨਾ ਕਿੱਥੇ ਬਾਈਟ ਹੁੰਦੀ, ਜੇ ਬਾਈਟ ਕਰਦੇ ਸੀ ਤਾਂ ਉਹ ਹਿਲਦੇ ਸੀਗੇ ਤੇ ਪੀਣ ਹੁੰਦੀ ਸੀ। ਹੁਣ ਮੋਜ਼ਾ ਪਟਿਆਲੇ ਤੋਂ ਆਪਣੇ ਉਹ ਵਧੀਆ ਨੀ ਲੱਗੇ ਡਾਕਟਰ ਮੈਨੂੰ, ਉਹਨਾਂ ਤੋਂ ਕਢਾਤੇ ਸੀ? ਕਢਾ ਲਏ ਸੀ ਉਹਨਾਂ ਤੋਂ। ਤੇ ਤੁਸੀਂ ਮੈਨੂੰ ਫਿਰ ਫੋਨ ਕੀਤਾ ਸੀ, ਮੈਂ ਕਿਹਾ ਹੋ ਜਾਊਗਾ? ਹਾਂ ਕਿਉਂਕਿ ਉਹ ਦਿਨ ਬਹੁਤ ਜ਼ਿਆਦਾ ਮੰਗਦੇ ਸੀ, ਮੈਂ ਕਿਹਾ ਸਾਡੇ ਕੋਲ ਇੰਨਾ ਟਾਈਮ ਥੋੜਾ ਵਾ। ਤੇ ਮੈਂ ਤੁਸੀਂ ਮੇਰੇ ਕੋਲ ਨੈਕਸਟ ਡੇ ਮੇਰੇ ਕੋਲ ਆ ਗਏ ਸੀ, ਤੇ ਅਸੀਂ ਤੁਹਾਡੇ ਨੈਕਸਟ ਡੇ ਆ ਗਏ ਸੀ। ਹਾਂ 2-3 ਦਿਨ ਚ ਦੰਦ ਲਾਤੇ? ਹਾਂਜੀ ਮੇਰੇ ਖਿਆਲ 2 ਦਿਨ ਚ ਹੀ ਲੱਗੇ ਸੀ। ਹਾਂ ਇੰਪਲਾਂਟ ਲਾ ਕੇ ਤੇ 2 ਦਿਨ ਚ ਦੰਦ ਲਾਤੇ? ਹਾਂਜੀ। ਪਰਮਾਨੈਂਟ ਫਿਕਸਚਰ ਭਾਜੀ, ਕਿ ਲੋਕਾਂ ਨੂੰ ਯਕੀਨ ਨਹੀਂ ਹੁੰਦਾ ਵੀ ਪਰਮਾਨੈਂਟ ਕਿਵੇਂ ਕਰ ਦਿੰਦੇ ਆ। ਆਹੋ ਮਤਲਬ ਦੁਬਾਰਾ ਤਾਂ ਨਹੀਂ ਆਉਣਾ ਪਿਆ ਜਦੋਂ ਦਿਖਾਇਆ ਉਹਨਾਂ ਨੂੰ, ਉਹ ਲੱਗਦਾ ਹੀ ਨਹੀਂ ਕਿ ਦੰਦ ਨਿਕਲੀ ਨੇ। ਮੈਂ ਜਿਹੜੇ ਆਪਣੇ ਫਰੈਂਡਾਂ ਨਾਲ ਜਮਾ ਕਰ ਰਿਹਾ, ਮੈਂ ਦੰਦ ਲਵਾ ਕੇ ਉਹਦੇ ਕਿਹੜੇ, ਮੈਂ ਕਿਹਾ ਥੱਲੇ ਵਾਲੇ ਉਹ ਤਾਂ ਲੱਗਦਾ ਹੀ ਨਹੀਂ, ਰੀਅਲ ਜੇ ਲੱਗਦੇ ਨੇ ਜਿਹੜਾ ਸਾਰਿਆਂ ਨੂੰ ਲੇਟੈਸਟ ਵਰਜ਼ਨ ਆ ਨਾ। ਹਾਂਜੀ ਹਾਂਜੀ ਸਟਰੋਮੈਨ ਦਾ BLX ਜਿਹੜਾ ਬੈਸਟ ਆ ਉਹ ਲਾਇਆ ਭਾਜੀ, ਤੁਹਾਡੇ ਵੀ ਲਾਈਫ ਟਾਈਮ ਆ, ਇਹਨਾਂ ਦੇ ਵੀ ਲਾਈਫ ਟਾਈਮ ਕੋਈ ਜਲਦੇ ਚੁਲਦੇ ਨਹੀਂ ਸੀਗੇ, ਚੱਕ ਹੁਣ ਚੱਲੀ ਜਾਣੇ ਮਤਲਬ ਕੋਈ ਪ੍ਰੋਬਲਮ ਨਹੀਂ, ਕੋਈ ਦਰਦ ਨਹੀਂ, ਕੁਝ ਨਹੀਂ, ਜਿਹੜਾ ਦਾੜ ਲਾਈ ਸੀ ਉਹ ਵੀ ਸਹੀ ਹੈ? ਸਹੀ ਹੈ ਬਿਲਕੁਲ ਭਾਜੀ। ਬਹੁਤ ਵਰੀਡ ਸੀਗੇ ਉਹ, ਥੋੜਾ ਮੈਨੂੰ ਤਾਂ ਮੈਂ ਤਾਂ ਲਵਾਇਆ ਉਹਨਾਂ ਤੋਂ ਪਤਾ ਹੈ ਨਹੀਂ। ਹੁਣ ਜਦੋਂ ਮੈਂ ਆ ਡਰਾ ਕੇ ਆਇਆ ਮੈਨੂੰ 4-5 ਦਿਨ ਬੜੀ ਚਿੰਤਾ ਸੀ, ਹਾਂ ਹੁਣ ਇਹਨੂੰ ਇਹ ਜਿਹੜਾ ਲੱਗ ਜਾਣਾ ਵੀ ਇਹ ਤਾਂ ਖਾਲੀ ਰਹਿ ਜੇ, ਜਦੋਂ ਆਇਆ ਨਾ ਮੇਰੀ ਉਸ ਵੇਲੇ ਚਿੰਤਾ ਖਤਮ ਹੋ ਗਈ। ਨਹੀਂ ਲਾ ਫੇਰ ਡਾਕਟਰ ਸਾਹਿਬ ਭਾਜੀ ਨੇ ਅਪਰੂਵ ਕਰਤਾ? ਹਾਂ ਇਹ ਕਹਿੰਦੇ ਤਾਂ ਠੀਕ ਹੈ, ਕਹਿੰਦੇ ਤੁਹਾਨੂੰ ਚੰਗਾ ਲੱਗਿਆ? ਹਾਂ ਵਧੀਆ ਲੱਗਿਆ, ਤੁਸੀਂ ਬਹੁਤ ਖੁਸ਼ ਸੀ ਜਦੋਂ ਅਸੀਂ ਲਾਏ ਨਾ। ਹਾਂ ਬਹੁਤ ਭਾਜੀ ਤੁਸੀਂ ਨਾਲ ਆਏ ਹੋ ਹਰ ਇੱਕ ਅਪਾਇੰਟਮੈਂਟ 'ਚ, ਮੈਂ ਇਸ ਗੱਲ 'ਤੇ ਆ ਵੀ
ਤੁਸੀਂ ਭਾਜੀ ਨੂੰ ਮਤਲਬ ਇੰਨਾ ਹੌਸਲਾ ਵੀ ਦੇ ਰਹੇ ਹੋ ਵੀ ਮੈਂ ਕਰਾਇਆ ਆ ਤੇ ਨਾਲ ਨਾਲ ਇਹ ਪੇਨ ਤੋਂ ਡਰਦਾ ਕੋਈ ਪੇਨ ਪੂਰੀ ਨਹੀਂ ਹੁੰਦੀ ਹਾਂਜੀ ਕੋਈ ਪੇਨ ਪੂਰੀ ਨਹੀਂ ਹੈਗੀ ਤੇ ਨਾ ਹੋਣੀ ਹੈਗਾ ਹਾਂਜੀ ਨਹੀਂ ਉੱਥੇ ਗੱਲਾਂ ਕਰਦੇ ਰਹਿੰਦੇ ਨੇ ਕਈ ਵਾਰੀ ਅਸੀਂ ਬੈਠੇ ਹੁੰਦੇ ਨੇ ਇਕੱਠੇ ਉਹ ਕਈ ਵਾਰੀ ਗੱਲ ਕਰਨੀ ਤਾਂ ਫਿਰ ਮੈਨੂੰ ਮੈਂ ਕਿਹਾ ਵੀ ਚਲ ਕਰਾਉਣਾ ਹੀ ਆ ਤੇ ਭਾਜੀ ਕਿੰਨੀ ਦੇਰ ਹੋ ਗਈ ਸੀ ਦੰਦ ਨਿਕਲੇ ਹੁਣ ਤੁਹਾਡੇ ਲੋਅਰ ਦੇ ਫਰੰਟ ਦੇ ਮੇਰੇ ਪਹਿਲਾਂ ਇੱਕ ਨਿਕਲਿਆ ਸੀਗਾ ਫਿਰ ਜਦੋਂ ਸਾਲ 2 ਸਾਲ ਬਾਅਦ ਦੂਆ ਫਿਰ ਤੀਆ ਹੁਣ ਸਾਲ 8 9 ਮਹੀਨੇ ਹੋ ਗਏ ਉਹ ਵੀ ਨਿਕਲ ਗਿਆ ਚੌਥਾ ਵੀ ਨਿਕਲ ਗਿਆ ਭਾਈ ਭਾਈ ਜਾਣਾ ਇੰਡੀਆ ਤੇ ਤੁਹਾਡੇ ਕੋਲ ਆਉਣਾ ਹੈ ਤਾਂ ਵੱਦ ਲਾਉਣਾ ਹੈ ਬਸ ਪਲਾਨ ਪਹਿਲੇ ਸਾਡਾ ਇਹੀ ਸੀਗਾ ਫਿਰ ਜਦੋਂ ਜਾਵਾਂਗੇ ਤਾਂ ਲਵਾ ਕੇ ਜਾਵਾਂਗੇ ਠੀਕ ਹੈ ਠੀਕ ਹਾਂਜੀ ਥੈਂਕ ਯੂ ਭਾਜੀ ਕਹਿੰਦੇ ਬਹੁਤ ਬਹੁਤ ਥੈਂਕ ਯੂ ਭਾਈ ਤੁਹਾਡਾ ਬਹੁਤ ਵਧੀਆ ਤੁਹਾਡਾ ਰੋਟੀ ਯਾਰ ਬਿਨਾਂ ਦੂਏ ਤੋਂ